ਬਹੁਤ ਹੀ ਭਿਆਨਕ ਹਾਦਸਾ ਹੋਇਆ ਏ ਸੜਕੀ ਹਾਦਸਾ ਹੋਇਆ ਏ ਸਾਹਸੇ ਦੇ ਵਿੱਚ ਦੋ ਭਰਾ ਜਿਹੜੇ ਕਿ ਇਕੱਠੇ ਮੋਟਰਸਾਈਕਲ ਤੇ ਸਵਾਰ ਹੋ ਕੇ ਕੰਮ ਤੇ ਜਾ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਜਿਸ ਨੂੰ ਕੀ ਪੀਜੀਆਈ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਇਹ ਟਰੱਕਾਂ ਦੇ ਵਿਚਕਾਰ ਦੋ ਟਰੱਕਾਂ ਦੇ ਵਿਚਕਾਰ ਮਿੱਦੇ ਗਏ ਨੇ ਪਿਸ ਗਏ ਨੇ ਦੋ ਭਰਾ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਮੂਰਲੇ ਟਰੱਕ ਨੇ ਬ੍ਰੇਕ ਲਗਾਈ ਤਾਂ ਦੋਨੇ ਭਰਾ ਬੜੇ ਆਰਾਮ ਦੇ ਨਾਲ ਦੇਖੋ ਤਸਵੀਰਾਂ ਦੇ ਵਿੱਚ ਸਾਬ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਦੀ ਇੰਨੀ ਸਪੀਡ ਨਹੀਂ ਸੀ ਆਰਾਮ ਦੇ ਨਾਲ ਉਹ ਟਰੱਕ ਦੇ ਪਿੱਛੇ ਰੁਕਦੇ ਨੇ ਤਾ ਪਿੱਛੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਟਿੱਪਰ ਜੋ ਕਿ ਸੱਦਾ ਆ ਕੇ ਇਹਨਾਂ ਦੇ ਵਿੱਚ ਕਾਰ ਵਜਦਾ ਹੈ ਅਤੇ ਮੂਹਰੇ ਖੜੇ ਟਰੱਕ ਦੇ ਨਾਲ ਉਸ ਦੀ ਟੱਕਰ ਹੁੰਦੀ ਹੈ ਤਾਂ ਮੂਹਰੇ ਖੜਿਆ ਟਰੱਕ ਅਤੇ ਪਿੱਛੋਂ ਆ ਰਹੇ ਟਿੱਪਰ ਦੇ ਵਿੱਚਕਾਰ ਇਹ ਦੋਨੇ ਭਰਾ ਪਿਸ ਜਾਂਦੇ ਨੇ ਜਿਸ ਕਰਕੇ ਇੱਕ ਦੀ ਮੌਤ ਹੋ ਗਈ ਹੈ ਤੇ ਇੱਕ ਬੁਰੀ ਤਰੀਕੇ ਦੇ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਨੇੜੇ ਹੀ ਸੀਸੀਟੀਵੀ ਲੱਗਿਆ ਸੀ ਹਾਲਾਂਕਿ ਸੀਸੀਟੀਵੀ ਬਲੈਕ ਐਂਡ ਵਾਈਟ ਹੈ ਸਾਫ਼-ਸਾਫ਼ ਫਿਰ ਵੀ ਦੇਖਿਆ ਜਾ ਸਕਦਾ ਹੈ ਕੇਸ ਦੇ ਵਿੱਚ ਗਲਤੀ ਕਿਸ ਦੀ ਹੈ ਮੂਰਲੇ ਟਰੱਕ ਨੇ ਪਹਿਲਾਂ 브্রেক ਲਗਾਈ ਉਸੇ ਤਰੀਕੇ ਦੇ ਨਾਲ 브্রেক ਲਗਾਉਂਦੇ ਹੋਏ ਦੋਨੇ ਭਰਾ ਰੁਕੇ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਹਨਾਂ ਦੇ ਪਿੱਛੇ ਪਿੱਛੇ ਇਹਨਾਂ ਦੀ ਮੌਤ ਆ ਰਹੀ ਹੈ ਦੋਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਇੱਕ ਬੁਰੀ ਤਰੀਕੇ ਦੇ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਗੜਦੀ ਵਾਲਾ ਚੜਦੀ ਸਵੇਰ ਗੜਦੀ ਵਾਲਾ ਵਿਖੇ ਇੱਕ ਭਿਆਨਕ ਇਹ ਹਾਦਸਾ ਹੋਇਆ ਹੈ ਹੁਸ਼ਿਆਰਪੁਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਦੋ ਸਕੇ ਭਰਾ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਕੰਮਤੇ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਦੋਨੇ ਭਰਾ ਮੋਟਰਸਾਈਕਲ ਤੇ ਸਵਾਰ ਸਨ ਮੂਰਲੇ ਟਰੱਕ ਦੇ ਵੱਲੋਂ ਬ੍ਰੇਕ ਲਗਾਈ ਜਾਂਦੀ ਹੈ ਉਸ ਦੇ ਵਿੱਚ ਵੱਜਣ ਤੋਂ ਬਚਣ ਦੇ ਲਈ ਇਹ ਦੋਨੇ ਭਰਾ ਦੇ ਵਿੱਚੋਂ ਜਿਹੜਾ ਮੋਟਰਸਾਈਕਲ ਚਲਾ ਰਿਹਾ ਹੁੰਦਾ ਹੈ ਭਰਾ ਬ੍ਰੇਕ ਲਗਾਉਂਦਾ ਹੈ ਤਾਂ ਪਿੱਛੋਂ ਆ ਰਿਹਾ ਤੇਜ਼ ਰਫ਼ਤਾਰ ਟਿਪਪਰ ਇੱਕ ਵਾਰ ਇਹਨਾਂ ਦੇ ਵਿੱਚ ਵੱਜਦਾ ਹੈ ਅਤੇ ਅਗਲੇ ਟਰੱਕ ਅਤੇ ਪਿਛਲੇ ਟਿਪਰ ਦੇ ਵਿਚਕਾਰ ਦੋਨੇ ਭਰਾ ਪਿਸ ਜਾਂਦੇ ਨੇ ਜਿਸ ਕਰਕੇ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਇੱਕ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਇੱਕ ਵਾਰ ਤੋਂ ਫੇਰ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਇੱਕ ਵਾਰ ਟੱਕਰ ਹੁੰਦੀ ਹੈ ਦੋਨੇ ਭਰਾ ਦੋ ਟਰੱਕਾਂ ਦੇ ਵਿਚਕਾਰ ਪਿਸ ਜਾਂਦੇ ਨੇ ਜਿਸ ਤੋਂ ਬਾਅਦ ਇੱਕ ਹੋਰ ਟਰੱਕ ਪਿੱਛੋਂ ਆ ਕੇ ਸਟਿੱਪਰ ਦੇ ਵਿੱਚ ਵੱਜਦਾ ਹੈ ਤਾਂ ਇਹ ਟਿੱਪਰ ਉਹਨਾਂ ਭਰਾਵਾਂ ਦੇ ਉੱਤੇ ਚੜ ਜਾਂਦਾ ਹੈ ਜਿਸ ਕਰਕੇ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਮੌਕੇ ਤੇ ਲੋਕ ਇਕੱਠੇ ਹੁੰਦੇ ਨੇ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਦੇ ਵੱਲੋਂ ਐਂਬੂਲੈਂਸ ਭੇਜੀ ਜਾਂਦੀ ਹੈ ਉਸ ਐਂਬੂਲੈਂਸ ਦੇ ਵਿੱਚ ਪਾ ਕੇ ਲਾਸ਼ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਚ ਰੱਖ ਦਿੱਤਾ ਗਿਆ ਹੈ ਤੇ ਦੂਜਾ ਸ਼ਖਸ ਦੂਜਾ ਭਰਾ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀ ਉਸ ਦੇ ਵਿੱਚ ਪ੍ਰਾਣ ਹੱਲੇ ਬਾਕੀ ਸਨ ਤੇ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਕਲ ਕਰਵਾ ਦਿੱਤਾ ਗਿਆ ਅੱਜ ਤਾਂ ਭਿਆਨਕ ਸੜਕੀ ਹਾਦਸਾ ਹੈ ਜੋ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਦੋ ਟਰੱਕਾਂ ਦੇ ਵਿਚਕਾਰ ਪਿਸਣ ਕਰਕੇ ਇੱਕ ਭਰਾ ਦੀ ਮੌਤ ਹੋ ਗਈ ਹੈ ਤੇ ਇੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ